ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਮੰਦਭਾਗਾ ਸੀਗਾ, ਬਾਕੀ ਹੁਣ ਘੜੀ ਮੁੜੀ ਉਹਨਾਂ ਬਾਰੇ ਗੱਲ ਕਰਨ ਦੀ ਕੋਈ ਲੋੜ ਨਹੀਂ। ਹਾਈਕਮਾਂਡ ਨੂੰ ਸਾਰੀ ਗੱਲ ਦੀ ਸਮਝ ਹੈ, ਹਾਈਕਮਾਂਡ ਜੋ ਕਰੇਗੀ ਠੀਕ ਕਰੇਗੀ। ਖਵਾਹਿਸ਼ ਹੀ ਹੁੰਦੀ ਮੈਂ ਹਾਈਐਸਟ, ਇਹ ਜ਼ਰੂਰਤ ਜ਼ਿਆਦਾ ਕਾਲੇ ਪਏ ਨੇ। ਸੋ ਮੇਰਾ ਖਿਆਲ ਉਹਨਾਂ ਨੂੰ ਥੋੜ੍ਹਾ ਜਿਹਾ ਸਲੋਅ ਚੱਲਣਾ ਚਾਹੀਦਾ। ਲੇਕਿਨ ਇਸ ਤਰ੍ਹਾਂ ਦੇ ਜਿਹੜੇ ਬਿਆਨ ਦਿੱਤੇ, ਇਹ ਚੋਣਾਂ ਦੇ ਸਮੇਂ ਪਾਰਟੀ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਸੀ? ਇਹ ਤਾਂ ਪਹਿਲਾਂ ਕਹਿ ਦਿੱਤਾ ਮੰਦਭਾਗਾ ਵਾ, ਸਮਾਂ ਵੀ ਗਲਤ ਸੀ, ਬਿਆਨ ਵੀ ਗਲਤ ਸੀ। ਬਾਕੀ ਹਾਈਕਮਾਂਡ ਸ਼ੁਰੂ ਤੋਂ ਹੀ ਸੁਰਖੀਆਂ ਦੇ ਵਿੱਚ ਹੈ, ਚਾਹੇ ਬਾਜਵਾ ਨੂੰ ਜੱਫੀ ਪਾਉਣ ਦੇ ਮਾਮਲੇ ਦੀ ਗੱਲ ਕਰੀਏ, ਪਾਕਿਸਤਾਨ ਦੀ ਇਮਦਾਦ ਕਰਨ ਦੀ ਗੱਲ ਕਰੀਏ। ਚਲੋ ਕਈ ਬੰਦੇ ਇਹਨਾਂ ਗੱਲਾਂ ਨੂੰ ਪਸੰਦ ਕਰਦੇ ਨੇ, ਕੰਟਰੋਵਰਸੀ ਕ੍ਰੀਏਟ ਕਰਨਾ ਹਰ ਵਕਤ ਸਮਝ ਲਓ, ਕਈਆਂ ਨੂੰ ਇਹਨਾਂ ਗੱਲਾਂ 'ਚ ਮਜ਼ਾ ਆਉਂਦਾ, ਸਵਾਦ। ਬਿਲਕੁਲ ਹੀ ਨਹੀਂ ਸਰਵਾਈਵ ਕਰ ਪਾਏ। ਪ੍ਰਧਾਨ ਲੋਕ ਦੱਸਣਗੇ, ਕੁਛ ਨੀ ਮੈਂ ਕਹਿ ਸਕਦਾ। ਮੈਨੂੰ ਤੇ ਆਪਣੇ ਹਲਕੇ 'ਚ ਮੈਂ ਇਲੈਕਸ਼ਨ ਲੜ ਰਿਹਾ ਸੀ, ਮੇਰਾ ਬਾਹਰ ਕਿਸੇ ਪਾਸੇ ਕੋਈ ਇੰਟਰਸਟ ਨਹੀਂ ਸੀ, ਮੈਂ ਆਪਣੇ ਸੈਗਮੈਂਟ 'ਚ ਬੈਠਾ ਸੀ, ਉੱਥੇ ਲੜਾਈ ਲੜ ਰਿਹਾ। ਸਾਡੇ ਹਲਕੇ ਦੇ ਵਿੱਚ ਵੀ ਇੱਕ ਅਭਿਨੇਤਾ ਨੂੰ ਚੋਣ ਮੈਦਾਨ ਦੇ ਵਿੱਚ ਲਾਇਆ, ਸਨੀ ਦਿਓਲ ਇੱਥੇ। ਚਲੋ ਚੰਗੀ ਗੱਲ ਹੈ, ਸਨੀ ਦਿਓਲ ਆਇਆ, ਚੰਗੀ ਗੱਲ ਹੈ, ਕੋਈ ਹਰਜ ਨਹੀਂ। ਪਰ ਸਾਡੇ ਜਾਖੜ ਸਾਹਿਬ ਬੜੇ ਸ਼ਾਨਦਾਰ ਸ਼ੌਕਤ ਨਾਲ ਜਿੱਤਣ। ਐਗਜ਼ਿਟ ਪੋਲ ਦੇ ਵਿੱਚ ਐਨਡੀਏ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ? ਮੇਰਾ ਐਗਜ਼ਿਟ ਪੋਲ 'ਚ ਕਦੇ ਕੋਈ ਯਕੀਨ ਹੀ ਨਹੀਂ ਰਿਹਾ। ਸੋ ਨਾ ਇਸ ਵਾਰੀ ਹੈ, 23 ਤਰੀਕ ਸ਼ਾਮ ਨੂੰ ਸਾਰਾ ਕੁਛ ਸਾਹਮਣੇ ਆ ਜਾਣਾ। ਇੰਨੇ ਕਾਲੇ ਕਿਉਂ ਬਈ? ਸਰਕਾਰ ਇੱਕ ਸਵਾਲ ਹੈ, ਸ਼ਮਸ਼ੇਰ ਸਿੰਘ ਦੁੱਲੋ ਵੀ ਲਗਾਤਾਰ ਬਿਆਨਬਾਜ਼ੀ ਇਸੀ ਚੋਣਾਂ ਦੇ ਵਿੱਚ ਕਰਦੇ ਨਜ਼ਰ ਆਏ, ਪਹਿਲਾਂ ਇਹੋ ਜਿਹਾ ਮਾਹੌਲ। ਦੁੱਲੋ ਸਾਹਿਬ ਬਦਕਿਸਮਤੀ ਹੈ, ਦੁੱਲੋ ਸਾਹਿਬ ਨੂੰ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਾਂਗਰਸ ਨੂੰ ਜਿਹਨੂੰ ਰਾਜ ਸਭਾ ਮੈਂਬਰ ਬਣਾਇਆ, ਸੋ ਦੁੱਲੋ ਸਾਹਿਬ ਨੂੰ ਵੀ ਮੇਰਾ ਖਿਆਲ ਰਿਸਟੇਨ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਇਹੋ ਜਿਹੇ ਲੀਡਰਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ? ਬਾਕੀ ਕਾਰਵਾਈ ਮੇਰੇ ਕਿਹਾ ਨਹੀਂ ਹੋਣੀ, ਹਾਈਕਮਾਂਡ ਦਾ ਫੈਸਲਾ, ਹਾਈਕਮਾਂਡ ਦੇਖੇਗੀ ਕੀ ਕਰ। ਹਾਂਜੀ, ਮੈਨੂੰ ਨਹੀਂ ਪਤਾ ਇਸ ਗੱਲ ਦਾ, ਮੈਨੂੰ ਪਤਾ ਨਾ, ਮੈਂ ਹਾਈਕਮਾਂਡ ਕੋਲ ਕੰਪਲੇਂਟ ਕੀਤੀ ਨਾ ਮੈਂ ਗੱਲ ਕੀਤੀ, ਮੈਨੂੰ ਕੀ ਪਤਾ ਵਿਚਾਰਾ ਜਾਊ ਨਹੀਂ ਇਹਦਾ। ਪਰ ਜੇ ਅਸੀਂ ਆਖੀਏ ਹਾਈਕਮਾਂਡ ਨੂੰ ਕਿਸੇ ਗੱਲ ਦੀ ਸਮਝ ਨਹੀਂ ਜਾਂ ਪਤਾ ਨਹੀਂ, ਉਹ ਵੀ ਗਲਤ ਗੱਲ ਹੈ। ਹਾਈਕਮਾਂਡ ਨੂੰ ਸਾਰਿਆਂ ਦੀ, ਮੇਰੇ ਬਾਰੇ ਵੀ ਪਤਾ, ਸਾਰਿਆਂ ਬਾਰੇ ਪਤਾ ਵਾ।